ਦੀ ਜ਼ਰੂਰਤ ਆ ਪੰਜਾਬ ਦੇ ਵਿੱਚ ਇੱਕ ਰੈਵੋਲੂਸ਼ਨ ਆ ਜਾਵੇ ਜੇ ਛੇਵਾਂ ਦਰਿਆ ਨਸ਼ੇ ਦਾ ਵਗ ਸਕਦਾ ਤੇ ਮੈਂ ਦੱਸਣਾ ਚਾਹੁੰਦਾ ਸੱਤਵਾਂ ਦਰਿਆ ਯਿਸੂ ਮਸੀਹ ਦੇ ਨਾਮ ਦਾ ਵਗਣਾ ਚਾਹੀਦਾ ਮਸਲਾ ਵਗਣਾ ਚਾਹੀਦਾ ਅਲੀ ਸ਼ੇਖ ਦਾ ਵਗਣਾ ਚਾਹੀਦਾ ਉਹਦੀ ਪਾਵਰ ਦਾ ਵਗਣਾ ਚਾਹੀਦਾ ਉਹ ਜੰਦਾ ਵਗਣਾ ਚਾਹੀਦਾ ਹਾਲੇਲੂਇਆ शैतान नूं हराउणा किहनूं हराउणा वा शैतान तो चाहुंदा नहीं वी तुसीं पंजाब च परमेश्वर दे काम कर सको ਤੁਸੀਂ ਯਿਸੂ ਮਸੀਹ ਦਾ ਨਾਮ ਲੈ ਸਕੋ ਓਏ ਬੁੱਕ ਦੇ ਸ਼ੀ ਵਾਂਗੂ ਤੂੰ ਭਾਲਦਾ ਫਿਰਦਾ ਜਦੋਂ ਤੁਸੀਂ ਚਰਚ ਨੂੰ ਆਉਣੀ ਸ਼ੁਰੂ ਤਿਆਰੀ ਕਰਦੇ ਆ ਉਹ ਆਪਣੇ ਆਪਣੀਆਂ ਦੁਸ਼ਟ ਆਤਮਾ ਨੂੰ ਤੁਹਾਡੇ ਘਰ ਦੇ ਬਾਹਰ ਖੜੇ ਕਰ ਦਿੰਦਾ ਵਾ ਵੀ ਜਦੋਂ ਘਰ ਚੋਂ ਨਿਕਲੇ ਉਦੋਂ ਢਾਲਿਓ ਇਹਨੂੰ ਇਹ ਜੋ ਬੰਦੇ ਉਹਨਾਂ ਨੇ ਇਦਾਂ ਦੇ ਖੜੇ ਕਰ ਦੇਣੇ ਤੁਹਾਡੇ ਰਿਸ਼ਤੇਦਾਰ ਉਸੇ ਸਮੇਂ ਜਿੱਦਣ ਐਤਵਾਰ ਨੂੰ ਤੁਸੀਂ ਚਰਚ ਹੋ ਤੁਹਾਨੂੰ ਫੋਨ ਆਉਣਗੇ ਫਿਰ ਉਸੇ ਸਮੇਂ ਤੁਹਾਨੂੰ ਕੋਈ ਕੰਮ ਮਿਲ ਜਾਊਗਾ ਕੋਈ ਕੰਮ ਪੈ ਜਾਊਗਾ ਪਰ ਜੇ ਤੁਸੀਂ ਪ੍ਰਾਰਥਨਾ ਕਰੋ ਵੀ ਯਿਸੂ ਮਸੀਹ ਕੋਈ ਸ਼ੈਤਾਨੀ ਤਾਕਤ ਮੇਰੇ ਚੰਚ ਜਾਣ ਤੋਂ ਰੋਕ ਨਾ ਸਕੇ ਤੇ ਸ਼ੈਤਾਨ ਰਾਸਤਾ ਛੱਡ ਕੇ ਭੱਜ ਜਾਊਗਾ ਤੇਰਾ ਰਾਸਤਾ ਸਾਫ ਹੋ ਜਾਊਗਾ ਪਰਮੇਸ਼ਰ ਦੇ ਨਾਲ ਮਿਲਾਪ ਕਰਨ ਲਈ ਸੰਗਤੀ ਕਰਨ ਦੇ ਲਈ ਹਾਲੇਲੂਇਆ ਹਾਲੇਲੂਇਆ ਪਲੜ ਦੇ ਵਿੱਚ ਤੇ ਪਾਵਰ ਹੋਣੀ ਚਾਹੀਦੀ ਆ ਤੇਰਾ ਖੂਨ ਖੋਲਣਾ ਚਾਹੀਦਾ ਵੀ ਜਦੋਂ ਮੈਂ ਸ਼ੈਤਾਨ ਨੂੰ ਦੇਖਾਂ ਵੀ ਸ਼ੈਤਾਨ ਮੇਰੇ ਕਦਮਾਂ ਦੇ ਥੱਲੇ ਹੋਵੇ ਮੇਰੇ ਬਾਪ ਪਰਮੇਸ਼ਰ ਨੇ ਸ਼ੈਤਾਨ ਨੂੰ ਹਰਾਇਆ ਤੇ ਮੈਂ ਵੀ ਉਹਨੂੰ ਹਰਾਉਣਾ ਵਾ ਹਾਲੇਲੂਇਆ ਹਾਲੇਲੂਇਆ ਦਰਿਆ ਦਾ ਸਾ ਪੂਰਾ ਬਣਾ ਦਾ ਆਪਣਾ ਦਸਮਾਨ ਦੀ ਵਰ ਖਾਓ ਵੀ ਪਰਮੇਸ਼ਰ ਮੈਨੂੰ ਸਮਰਥ ਦੇ ਸ਼ੈਤਾਨ ਨਾਲ ਲੜਨ ਦੇ ਲਈ ਮੈਨੂੰ ਤਾਕਤ ਔਰ ਸ਼ਕਤੀ ਦੇ ਵੀ ਮੈਂ ਉਹਨੂੰ ਹਰਾ ਸਕਾਂ ਮੈਨੂੰ ਸਮਰਥ ਦੇ ਹੋਜਾਂ ਦੇ ਸਮਰਥ ਦੇ ਅਭਿਸ਼ੇਕ ਦੇ ਪਵਿੱਤਰ ਆਤਮਾ ਦੀ ਸਮਰਥ ਦੇ ਮੈਂ ਸ਼ੈਤਾਨ ਨੂੰ